ਜ਼ਿੰਦਗੀ ਦੇ ਵਿੱਚ ਸਾਰੇ ਖੁਸ਼ ਰਹਿਣਾ ਚਾਹੁੰਦੇ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਦਾ ਵੀ ਬੰਦਾ ਹੋਊਗਾ ਜਿਹੜਾ ਲਾਈਫ ਦੇ ਵਿੱਚ ਸੈਡ ਰਹਿਣਾ ਚਾਹੁੰਦਾ ਹੋਊਗਾ ਪਰ ਹੁੰਦਾ ਕੀ ਹੈ ਜਿਆਦਾਤਰ ਸਾਡਾ ਮੂਡ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਇੱਕ ਤਰ੍ਹਾਂ ਗੁਬਾਰੇ ਦੇ ਵਾਂਗੂ ਆ ਜਿਹੜਾ ਕਿ ਹਵਾ ਦੇ ਵਿੱਚ ਕਦੇ ਇੱਧਰ ਨੂੰ ਉੱਡ ਜਾਂਦਾ ਹੈ ਕਦੇ ਇੱਧਰ ਨੂੰ ਉੱਡ ਜਾਂਦਾ ਆ ਅਸੀਂ ਜਿਆਦਾਤਰ ਸਿਚੁਏਸ਼ਨਸ ਦੇ ਅਕੋਰਡਿੰਗ ਚੱਲਦੇ ਆ ਕਦੇ ਜੇ ਸਿਚੁਏਸ਼ਨਸ ਵਧੀਆ ਹੋਣ ਤਾਂ ਸਾਡਾ ਮੂਡ ਖੁਸ਼ ਹੁੰਦਾ ਆ ਸਿਚੁਏਸ਼ਨਸ ਮਾੜੀਆਂ ਹੋਣ ਤਾਂ ਅਸੀਂ ਸੈਡ ਹੋ ਜਾਂਦੇ ਆ ਪਰ ਜੇ ਮੈਂ ਤੁਹਾਨੂੰ ਦੱਸਾਂ ਕਿ ਇੱਕ ਇਦਾਂ ਦਾ ਮੰਤਰ ਵੀ ਹੈਗਾ ਆ ਜਿਹਨੂੰ ਅਸੀਂ ਫਾਲੋ ਕਰਕੇ ਜ਼ਿਆਦਾਤਰ ਆਪਣਾ ਮੂਡ ਆਪਣੇ ਕੰਟਰੋਲ ਦੇ ਵਿੱਚ ਰੱਖ ਸਕਦੇ ਆ ਤੇ ਸਾਡਾ ਮੂਡ ਜ਼ਿਆਦਾਤਰ ਖੁਸ਼ ਤੇ ਸੈਟੀਸਫਾਈਡ ਹੀ ਰਹੂਗਾ ਹਾਂਜੀ ਉਸ ਮੰਤਰ ਦਾ ਨਾਮ ਹੈਗਾ ਆ ਗ੍ਰੈਟੀਟਿਊਡ ਮਤਲਬ ਕਿ ਸ਼ੁਕਰਾਨਾ ਕਰਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰੂੰਗਾ ਕਿ ਕਿੱਦਾਂ ਅਸੀਂ ਗ੍ਰੈਟੀਟਿਊਡ ਨੂੰ ਆਪਣੀ ਲਾਈਫ ਦੇ ਵਿੱਚ ਅਪਣਾ ਕੇ ਆਪਣਾ ਮੂਡ ਜ਼ਿਆਦਾਤਰ ਪੋਜ਼ਿਟਿਵ ਤੇ ਖੁਸ਼ਹਾਲ ਰੱਖ ਸਕਦੇ ਆ ਦੋਸਤੋ ਗ੍ਰੈਟੀਟਿਊਡ ਇੱਕ ਬਹੁਤ ਛੋਟੀ ਜਿਹੀ ਪ੍ਰੈਕਟਿਸ ਆ ਪਰ ਇਹ ਸਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਇੰਪੈਕਟ ਕ੍ਰੀਏਟ ਕਰਨ ਦੀ ਤਾਕਤ ਰੱਖਦੀ ਆ ਤੁਸੀਂ ਯਾਦ ਕਰਿਓ ਆਪਣੀ ਲਾਈਫ ਦੀ ਉਹ ਮੂਮੈਂਟਸ ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਸਗੇ ਤੁਹਾਨੂੰ ਆਪਣੀ ਮਨਪਸੰਦ ਕੋਈ ਚੀਜ਼ ਮਿਲ ਗਈ ਹੋਵੇ ਜਾਂ ਤੁਹਾਡੇ ਨੰਬਰ ਵਧੀਆ ਆਏ ਹੋਣ ਜਾਂ ਤੁਹਾਡੀ ਫੈਮਿਲੀ 'ਚ ਕੋਈ ਨਵਾਂ ਬੰਦਾ ਐਂਟਰ ਕੀਤਾ ਹੋਵੇ ਉਦੋਂ ਅਸੀਂ ਬਹੁਤ ਖੁਸ਼ ਹੁੰਨੇ ਆ ਤੇ ਜਦੋਂ ਵੀ ਅਸੀਂ ਖੁਸ਼ ਹੁੰਨੇ ਆ ਅਸੀਂ ਗ੍ਰੈਟੀਟਿਊਡ ਪੇਸ਼ ਕਰਦੇ ਆਂ ਸਾਨੂੰ ਇਥੋਂ ਇਹ ਪਤਾ ਲੱਗਦਾ ਹੈ ਕਿ ਜਿਹੜਾ ਗ੍ਰੈਟੀਟਿਊਡ ਹੈ ਤੇ ਖੁਸ਼ੀ ਆ ਇਹ ਦੋਨੋਂ ਆਪਸ ਦੇ ਵਿੱਚ ਕਨੈਕਟਡ ਆ ਤੇ ਦੋਸਤੋ ਤੁਸੀਂ ਮੈਨੂੰ ਆਪ ਦੱਸਿਓ ਹੈਪੀਨੈਸ ਨਾਲੋਂ ਜ਼ਿਆਦਾ ਇੰਪੋਰਟੈਂਟ ਕੀ ਆ ਮੈਨੂੰ ਨਹੀਂ ਲੱਗਦਾ ਕਿ ਇਸ ਜ਼ਿੰਦਗੀ ਦੇ ਵਿੱਚ ਖੁਸ਼ੀ ਨਾਲੋਂ ਇੰਪੋਰਟੈਂਟ ਕੁਝ ਹੋਰ ਹੈਗਾ ਆ ਕਈ ਸੋਚ ਰਹੇ ਹੋਣੇ ਆ ਕਿ ਪੈਸਾ ਇੰਪੋਰਟੈਂਟ ਆ ਫੈਮਿਲੀ ਇੰਪੋਰਟੈਂਟ ਆ ਹੈਲਥ ਇੰਪੋਰਟੈਂਟ ਆ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਆ ਪਰ ਉਹਨਾਂ ਦਾ ਜਿਹੜਾ ਬਾਈ-ਪ੍ਰੋਡਕਟ ਆ ਨਾ ਐਂਡ ਰਿਜ਼ਲਟ ਆ ਉਹ ਖੁਸ਼ੀ ਹੀ ਹੁੰਦੀ ਆ ਜੇ ਸਾਡੇ ਕੋਲ ਪੈਸਾ ਆ ਜਾ ਅਸੀਂ ਚੀਜ਼ਾਂ ਖਰੀਦ ਸਕਦੇ ਹਾਂ ਮਨਪਸੰਦ ਦੇ ਕੱਪੜੇ ਖਾਣਾ ਤਾਂ ਐਂਡ ਦੇ ਵਿੱਚ ਸਾਨੂੰ ਉਸ ਚੀਜ਼ਾਂ ਤੋਂ ਖੁਸ਼ੀ ਮਿਲੂਗੀ ਸਾਡੇ ਕੋਲ ਫੈਮਲੀ ਆ ਇੱਕ ਸਪੋਰਟ ਆ ਤੇ ਉਹ ਸਾਨੂੰ ਖੁਸ਼ੀ ਦਿੰਦੀ ਆ ਸਾਡੀ ਹੈਲਥ ਸੋਹਣੀ ਆ ਅਸੀਂ ਦੌੜ ਸਕਦੇ ਹਾਂ ਆਪਣੇ ਮਨਪਸੰਦੀ ਐਕਟੀਵਿਟੀਆਂ ਕਰ ਸਕਦੇ ਹਾਂ ਤੇ ਸਾਨੂੰ ਖੁਸ਼ੀ ਦਿੰਨੀਆਂ ਨੇ ਐਂਡ ਦੇ ਵਿੱਚ ਸਾਰਾ ਕੁਝ ਰਿਜ਼ਲਟ ਖੁਸ਼ੀ ਹੀ ਹੁੰਦੀ ਆ ਤੇ ਜਿਹੜੇ ਬੰਦੇ ਨੇ ਆਪਣੀ ਲਾਈਫ ਖੁਸ਼ੀ ਵਾਲੀ ਲਾਈਫ ਕੱਢਤੀ ਹੈਪੀਨੈਸ ਨਾਲ ਲਾਈਫ ਕੱਢਤੀ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਉਹਦੀ ਲਾਈਫ ਇੱਕ ਸਕਸੈਸਫੁਲ ਲਾਈਫ ਸਗੀ ਸੋ ਜੇ ਹੁਣ ਅਸੀਂ ਸਕਸੈਸਫੁਲ ਲਾਈਫ ਕੱਢਣੀ ਆ ਇੱਕ ਖੁਸ਼ੀ ਵਾਲੀ ਲਾਈਫ ਕੱਢਣੀ ਆ ਤਾਂ ਸਾਨੂੰ ਇਹ ਤਾਂ ਦੇਖ ਹੀ ਰਿਹਾ ਹੈ ਕਿ ਗ੍ਰੈਟੀਟਿਊਡ ਦੀ ਕਿੰਨੀ ਜ਼ਿਆਦਾ ਇੰਪੋਰਟੈਂਸ ਹੈ ਸੋ ਇੱਕ ਛੋਟੀ ਜੀ ਆਦਤ ਸਾਡੀ ਪੂਰੀ ਲਾਈਫ ਚੇਂਜ ਕਰ ਸਕਦੀ ਆ ਇਹਦੀ ਇੰਨੀ ਜਿਆਦਾ ਇੰਪੋਰਟੈਂਸ ਆ ਜੇ ਦੇਖਿਆ ਜਾਵੇ ਅੱਜ ਤੋਂ 50 ਜਾਂ 100 ਸਾਲ ਪਹਿਲਾਂ ਦੇ ਬੰਦੇ ਸਾਡੇ ਨਾਲੋਂ ਬਹੁਤ ਜ਼ਿਆਦਾ ਖੁਸ਼ ਰਹਿੰਦੇ ਸਗੇ ਤੇ ਅੱਜ ਕੱਲ ਬੰਦੇ ਇੰਨੇ ਜਿਆਦਾ ਖੁਸ਼ ਨਹੀਂ ਹੈਗੇ ਸਾਡਾ ਖੁਸ਼ੀ ਦਾ ਲੈਵਲ ਘਟੀ ਜਾਂਦਾ ਆ ਉਹ ਕਿਉਂ ਕਿ ਕਿਉਂਕਿ ਜ਼ਮਾਨਾ ਬਹੁਤ ਜ਼ਿਆਦਾ ਫਾਸਟ ਹੋ ਚੁੱਕਿਆ ਆ ਪਰ ਉਹ ਸਾਡਾ ਵੀ ਕੀ ਕਸੂਰ ਹੈ ਜੇ ਅਸੀਂ ਇਸ ਫਾਸਟ ਜਮਾਨੇ ਦੇ ਵਿੱਚ ਜਨਮ ਲਿਆ ਆ ਸਾਨੂੰ ਇਸ ਜਮਾਨੇ ਦੇ ਨਾਲ ਭੱਜਣਾ ਹੀ ਪੈਣਾ ਆ ਸਾਨੂੰ ਇਸ ਦੌੜ ਦੇ ਵਿੱਚ ਨੱਠਣਾ ਹੀ ਪੈਣਾ ਆ ਨਹੀਂ ਤਾਂ ਅਸੀਂ ਪਿੱਛੇ ਰਹਿ ਜਵਾਂਗੇ ਤੇ ਹੋ ਕੀ ਰਿਹਾ ਆ ਇਸ ਦੌੜ ਦੇ ਵਿੱਚ ਭੱਜਦੇ ਭੱਜਦੇ ਇੱਕ ਗੋਲ ਤੋਂ ਦੂਸਰੇ ਗੋਲ ਤੱਕ ਇੱਕ ਕੰਪੀਟੀਸ਼ਨ ਤੋਂ ਦੂਸਰੇ ਕੰਪੀਟੀਸ਼ਨ ਤੱਕ ਅਸੀਂ ਅੱਗੇ ਨੂੰ ਹੀ ਦੌੜੀ ਜਾਂਦੇ ਆ ਤੇ ਰੁੱਕ ਕੇ ਦੇਖਦੇ ਹੀ ਨਹੀਂ ਅਸੀਂ ਕਿੱਥੇ ਪੁੱਜ ਗਏ ਆ ਸਾਡੇ ਕੋਲ ਕੀ ਹੈਗਾ ਆ ਅਸੀਂ 24 ਘੰਟੇ ਐਂਸ਼ੀਅਸ ਰਹਿਨੇ ਆ ਸਾਨੂੰ ਐਂਜਾਇਟੀ ਹੁੰਦੀ ਰਹਿੰਦੀ ਆ ਫਿਊਚਰ ਬਾਰੇ ਸੋਚ-ਸੋਚ ਕੇ ਤੇ ਇਦਾਂ ਹੀ ਜੇ ਸਾਡੇ ਨਾਲ ਕੁਝ ਪਾਸਚ ਮਾੜਾ ਹੋ ਗਿਆ ਹੁੰਦਾ ਆ ਅਸੀਂ ਉਹਨੂੰ ਸੋਚ ਕੇ ਡਿਪਰੈਸਡ ਵੀ ਹੁੰਨੇ ਰਹਿੰਦੇ ਆ ਸੋ ਹੋ ਕੀ ਰਿਹਾ ਆ ਇਸ ਫਾਸਟ ਪੇਸ ਜਮਾਨੇ ਦੇ ਨਾਲ ਅਸੀਂ ਜ਼ਿਆਦਾਤਰ ਐਂਜਾਇਟੀ ਐਂਸ਼ੀਅਸ ਡਿਪਰੈਸਡ ਇਮੋਸ਼ਨਸ ਇਦਾਂ ਦੇ ਆਪਣੇ ਅੰਦਰ ਅਪਣਾ ਰਹੇ ਆ ਤੇ ਸਾਡੀ ਜਿਹੜੀ ਲਾਈਫ ਆ ਉਹ ਵੀ ਇਹਨਾਂ ਦੇ ਵਾਂਗ ਹੀ ਐਂਸ਼ੀਅਸ ਬੜੀ ਜਾਂਦੀ ਪਈ ਆ ਸੋ ਹੁਣ ਦੋਸਤੋ ਉੱਥੇ ਗ੍ਰੈਟੀਟਿਊਡ ਕੀ ਹੈਲਪ ਕਰਦਾ ਆ ਅਸਲ ਦੇ ਵਿੱਚ ਦੇਖਿਆ ਜਾਵੇ ਤੇ ਸਾਡੀ ਲਾਈਫ ਦੇ ਵਿੱਚ ਸਿਰਫ 2% ਚੀਜ਼ਾਂ ਹੁੰਨੀਆਂ ਨੇ ਜਿਹੜੀਆਂ ਨੈਗੇਟਿਵ ਹੁੰਨੀਆਂ ਨੇ ਮਤਲਬ ਕਿ ਸਾਡੀ ਫਿਊਚਰ ਦੀਆਂ ਟੈਨਸ਼ਨਸ ਜਾਂ ਸਾਡੀਆਂ ਪਾਸਟ ਦੀਆਂ ਟੈਨਸ਼ਨਸ ਜਿਨ੍ਹਾਂ ਬਾਰੇ ਅਸੀਂ 24 ਘੰਟੇ ਜ਼ਿਆਦਾਤਰ ਸੋਚਦੇ ਰਹਿੰਦੇ ਆ ਪਰ 98% ਚੀਜ਼ਾਂ ਸਾਡੀ ਲਾਈਫ ਦੇ ਵਿੱਚ ਪੋਜ਼ਿਟਿਵ ਹੁੰਨੀਆਂ ਨੇ ਜੋ ਕਿ ਸਾਡੇ ਕੋਲ ਹੁੰਦੀਆਂ ਨੇ ਪਰ ਅਸੀਂ ਉਹਨਾਂ ਨੂੰ ਕਦੇ ਰੋਕ ਕੇ ਦੇਖਦੇ ਹੀ ਨਹੀਂ ਅਸੀਂ ਕੀ ਸੋਚਦੇ ਰਹਿੰਨੇ ਆ ਕਿ ਯਾਰ ਮੈਨੂੰ ਉਹ ਪੋਜੀਸ਼ਨ ਮਿਲ ਜਵੇ ਮੈਂ ਉਹ ਗੋਲ ਅਚੀਵ ਕਰ ਲਾਂ ਪਰ ਅਸੀਂ ਕਦੇ ਰੋਕੇ ਇਸ ਚੀਜ਼ ਬਾਰੇ ਨਹੀਂ ਸੋਚਦੇ ਕਿ ਮੇਰੇ ਕੋਲ ਕੀ ਹੈਗਾ ਹੈ। ਧਿਆਨ ਨਾ ਦੇਖਿਓ ਆਪਣੀ ਬਾਡੀ ਨੂੰ। ਸਾਡੀ ਬਾਡੀ ਬਿਲਕੁਲ ਸਹੀ ਤਰੀਕੇ ਦੇ ਨਾਲ ਕੰਮ ਕਰਦੀ ਆ। ਜੇ ਇਹਦੇ ਵਿੱਚ ਕੁਝ ਖਰਾਬ ਹੋ ਜਵੇ ਤਾਂ ਸਾਨੂੰ ਡਾਕਟਰ ਕੋਲ ਜਾਣਾ ਪੈਂਦਾ ਹੈ ਜਿਹੜੇ ਸਾਨੂੰ ਕਿ ਬਹੁਤ ਜ਼ਿਆਦਾ ਪੈਸੇ ਚਾਰਜ ਕਰਦੇ ਨੇ। ਪਰ ਜਦੋਂ ਤੱਕ ਇਹ ਪ੍ਰੋਪਰ ਫੰਕਸ਼ਨ ਕਰਦੀ ਹੁੰਦੀ ਹੈ ਕਦੀ ਰੋਕੇ ਅਸੀਂ ਇਹਦਾ ਥੈਂਕ ਯੂ ਹੀ ਨਹੀਂ ਕਰਦੇ। ਸਾਡੀਆਂ ਅੱਖਾਂ ਸਾਨੂੰ ਕਿੰਨਾ ਦੇਖਣ 'ਚ ਹੈਲਪ ਕਰਦੀਆਂ ਨੇ, ਕੰਨ ਸੁਣਨ 'ਚ ਹੈਲਪ ਕਰਦੇ ਨੇ, ਜੀਭ ਬੋਲਣ 'ਚ ਹੈਲਪ ਕਰਦੀ ਨੇ। ਜੇ ਸਾਡੇ ਕੋਲ ਆ ਚੀਜ਼ਾਂ ਨਾ ਹੋਣ ਅਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਿੱਦਾਂ ਕਰਾਂਗੇ ਲਾਈਫ ਸੋਚ ਕੇ ਦੇਖੋ ਇਹਨਾਂ ਦੇ ਬਿਨਾਂ ਅਸੀਂ ਦੋ ਟਾਈਮ ਦੀ ਰੋਟੀ ਖਾਣੇ ਆ ਸਾਡੇ ਕੋਲ ਬੰਦੇ ਆ ਸਾਡੇ ਰਿਲੇਸ਼ਨਸ਼ਿਪਸ ਨੇ ਜਿਨ੍ਹਾਂ ਨਾਲ ਅਸੀਂ ਟਾਈਮ ਸਪੈਂਡ ਕਰ ਸਕਦੇ ਆ ਪਰ ਅਸੀਂ ਕਦੇ ਉਸ ਪੋਜ਼ਿਟਿਵ ਚੀਜ਼ਾਂ ਨੂੰ ਦੇਖਦੇ ਹੀ ਨਹੀਂ ਸਾਡਾ ਧਿਆਨ ਕਿੱਥੇ ਹੁੰਦਾ ਆ ਜ਼ਿਆਦਾਤਰ 네ਗਟਿਵ ਤੇ ਕਿ ਮੇਰੇ ਕੋਲ ਜੋ ਨਹੀਂ ਹੈਗਾ ਅਸੀਂ ਉਹਨਾਂ ਚੀਜ਼ਾਂ ਬਾਰੇ ਹੀ ਜ਼ਿਆਦਾ ਸੋਚਦੇ ਆ ਤੇ ਉਹਦੇ ਨਾਲ ਕੀ ਹੁੰਦਾ ਆ ਜ਼ਿਆਦਾਤਰ ਅਸੀਂ ਦੁਖੀ ਰਹਿੰਦੇ ਆ ਸੋ ਹੁਣ ਇੱਥੇ ਗ੍ਰੈਟੀਟਿਊਡ ਕੀ ਹੈਲਪ ਕਰਦਾ ਹੈ ਜਦੋਂ ਵੀ ਅਸੀਂ ਗ੍ਰੈਟੀਟਿਊਡ ਪੇਸ਼ ਕਰਦੇ ਹਾਂ ਜੋ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਤੇ ਗ੍ਰੈਟੀਟਿਊਡ ਸਾਡਾ ਨਜ਼ਰੀਆ ਬਦਲ ਦਿੰਦਾ ਆ ਇਹ ਸਾਡਾ ਪਰਸੈਪਸ਼ਨ ਚੇਂਜ ਕਰ ਦਿੰਦਾ ਹੈ ਲਾਈਫ ਨੂੰ ਦੇਖਣ ਦਾ ਤੁਸੀਂ ਜਿੰਨੇ ਜ਼ਿਆਦਾ ਥੈਂਕਫੁਲ ਹੋਵੋਗੇ ਜੋ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਨੇ ਤੁਸੀਂ ਉਨੇ ਹੀ ਜ਼ਿਆਦਾ ਪੋਜ਼ਿਟਿਵ ਬਣਦੇ ਜਾਓਗੇ ਸੋ ਜਿਹੜੀ ਇਹ 2% 네ਗੇਟਿਵਿਟੀ ਹੈ ਨਾ ਇਹ ਵੀ ਘੱਟ ਕੇ ਜ਼ਿਆਦਾਤਰ ਤੁਹਾਡੀ 100% ਪੋਜ਼ਿਟਿਵ ਬਣ ਜਾਊਗੀ ਸੋ ਜੇ ਹੁਣ ਇਹੀ 100% ਪੋਜ਼ਿਟਿਵ ਬਣ ਗਈ ਤੇ ਤੁਸੀਂ ਆਪ ਸੋਚੋ ਜੇ ਤੁਹਾਡੇ ਗੋਲਸ ਵੀ ਹੈਗੇ ਆ ਤੁਸੀਂ ਉਹਨਾਂ ਤੱਕ ਕਿੰਨੀ ਛੇਤੀ ਪਹੁੰਚ ਸਕਦੇ ਆ ਦੋਸਤੋ ਜਿਹੜਾ ਸਾਡਾ ਐਟੀਟਿਊਡ ਆ ਨਾ ਬਹੁਤ ਵੱਡਾ ਰੋਲ ਪਲੇ ਕਰਦਾ ਆ ਹੁੰਦਾ ਕੀ ਆ ਕਿ ਬਾਹਰ ਦੁਨੀਆ ਉਹੀ ਹੁੰਦੀ ਆ ਪਰ ਜਿਹੜਾ ਸਾਡਾ ਐਟੀਟਿਊਡ ਆ ਜਿਹੜਾ ਸਾਡਾ ਪਰਸੈਪਸ਼ਨ ਆ ਉਹ ਬਦਲਦਾ ਰਹਿੰਦਾ ਆ ਅਸੀਂ ਇਹਨੂੰ ਇਦਾਂ ਕਹਿ ਸਕਦੇ ਆ ਕਿ ਜਿਹੜਾ ਸਾਡਾ ਐਟੀਟਿਊਡ ਆ ਨਾ ਇੱਕ ਵਿੰਡੋ ਆ ਜਿਹਦੇ ਥਰੂ ਅਸੀਂ ਇਸ ਦੁਨੀਆ ਨੂੰ ਦੇਖਦੇ ਆ ਤੇ ਹੁੰਦਾ ਕੀ ਹੈ ਟਾਈਮ ਦੇ ਨਾਲ-ਨਾਲ ਸਾਡੀ ਉਹ ਜਿਹੜੀ ਵਿੰਡੋ ਗੰਦੀ ਹੋਣ ਲੱਗ ਪੰਦੀ ਆ ਸਾਡੇ ਨਾਲ ਕੁਛ ਇਦਾਂ ਦੀਆਂ ਸਿਚੁਏਸ਼ਨਸ ਹੋਈਆਂ ਹੁੰਦੀਆਂ ਨੇ ਜਿੱਥੇ ਅਸੀਂ ਮਾੜਾ ਫੀਲ ਕੀਤਾ ਹੁੰਦਾ ਜਾਂ ਸਾਡੇ ਨਾਲ ਬੁਰਾ ਹੋਇਆ ਹੁੰਦਾ ਆ ਜਾਂ ਅਸੀਂ ਸੈਲਫ ਡਾਊਟ ਸੈਲਫ ਕ੍ਰਿਟੀਸਿਜ਼ਮ ਇਦਾਂ ਦੇ ਨੈਗੇਟਿਵ ਇਮੋਸ਼ਨਸ ਇਕੱਠੇ ਕਰਦੇ ਕਰਦੇ ਅਸੀਂ ਉਹ ਵਿੰਡੋ ਗੰਦੀ ਕਰ ਲੈਂਦੇ ਆ ਤੇ ਹੁੰਦਾ ਕੀ ਹੈ ਸਾਡਾ ਜਿਹੜਾ ਐਟੀਟਿਊਡ ਆ ਉਹ ਵੀ ਥੋੜਾ ਨੈਗੇਟਿਵ ਬਣਨ ਲੱਪਣ ਦਾ ਲਾਈਫ ਦੇ ਪ੍ਰਤੀ ਪਰ ਇੱਥੇ ਗ੍ਰੈਟੀਟਿਊਡ ਇੱਕ ਵਿੰਡੋ ਕਲੀਨਰ ਦੀ ਤਰ੍ਹਾਂ ਕੰਮ ਕਰਦਾ ਆ ਜਿਹੜਾ ਕਿ ਸਾਡੇ ਅੰਦਰ ਪੋਜ਼ਿਟਿਵ ਇਮੋਸ਼ਨਸ ਪੋਜ਼ਿਟਿਵ ਐਟੀਟਿਊਡ ਪੈਦਾ ਕਰਦਾ ਆ ਤੇ ਸਾਡੀ ਉਹ ਵਿੰਡੋ ਸਾਫ਼ ਹੁੰਦੀ ਆ ਤੇ ਅਸੀਂ ਇਸ ਦੁਨੀਆ ਨੂੰ ਵੀ ਇੱਕ ਪੋਜ਼ਿਟਿਵ ਨਜ਼ਰੀਏ ਨਾਲ ਦੇਖਨੇ ਆ ਸਾਰੇ ਨਾਲੋਂ ਵੱਡਾ ਰੋਲ ਇਹ ਹੈਗਾ ਯਾ ਗ੍ਰੈਟੀਟਿਊਡ ਦਾ ਕਿ ਸਾਡਾ ਇਹ ਪਰਸੈਪਸ਼ਨ ਪੋਜ਼ਿਟਿਵ ਬਣਾ ਦਿੰਦਾ ਆ ਲਾਈਫ ਨੂੰ ਲੈ ਕੇ ਇਹਦੇ ਨਾਲ ਨਾਲ ਹੀ ਗ੍ਰੈਟੀਟਿਊਡ ਦੇ ਹੋਰ ਵੀ ਕਈ ਫਾਇਦੇ ਨੇ ਜਿੱਦਾਂ ਕਿ ਸਾਈਕੋਲੋਜੀਕਲ ਫਾਇਦੇ ਜਦੋਂ ਅਸੀਂ ਗ੍ਰੈਟੀਟਿਊਡ ਪੇਸ਼ ਕਰਦੇ ਆ ਸਾਡੇ ਅੰਦਰ ਪੋਜ਼ਿਟਿਵ ਇਮੋਸ਼ਨਸ ਰਿਲੀਜ਼ ਹੁੰਦੇ ਨੇ ਉਹਦੇ ਕਰਕੇ ਕੀ ਹੁੰਦਾ ਹੈ ਕਿ ਸਾਡਾ ਜਿਹੜਾ ਮੂਡ ਆ ਨਾ ਉਹ ਵੀ ਜ਼ਿਆਦਾਤਰ ਹੈਪੀ ਹੀ ਰਹਿੰਦਾ ਆ ਉਹਦੇ ਨਾਲ ਨਾਲ ਸੋਸ਼ੀਅਲੀ ਜਦੋਂ ਤੁਸੀਂ ਆਪਣੇ ਆਲੇ-ਦੁਆਲੇ ਆਪਣੇ ਰਿਲੇਸ਼ਨਸ਼ਿਪਸ ਦੇ ਲਈ ਬਹੁਤ ਜ਼ਿਆਦਾ ਸ਼ੁਕਰਿਆ ਫੀਲ ਕਰਦੇ ਆ ਤੁਹਾਡੇ ਪ੍ਰਤੀ ਉਹਨਾਂ ਦੇ ਲਈ ਹੋਰ ਜ਼ਿਆਦਾ ਐਮਪੈਥੀ ਰਿਲੀਜ਼ ਹੁੰਦੀ ਆ ਤੇ ਤੁਹਾਡੇ ਰਿਲੇਸ਼ਨਸ਼ਿਪ ਵੀ ਸਟਰੋਂਗ ਬਣਦੇ ਨੇ ਕਿਉਂਕਿ ਤੁਸੀਂ ਉਹਨਾਂ ਦੀ ਕਦਰ ਜ਼ਿਆਦਾ ਕਰਦੇ ਆ ਇਹਦੇ ਨਾਲ ਨਾਲ ਫਿਜ਼ੀਕਲ ਬੈਨੀਫਿਟ ਵੀ ਬਹੁਤ ਆ ਗ੍ਰੈਟੀਟਿਊਡ ਦੇ ਜਦੋਂ ਅਸੀਂ ਗ੍ਰੈਟੀਟਿਊਡ ਫੀਲ ਕਰਦੇ ਆ ਨਾ ਸਾਡੀ ਇੱਕ ਬਾਡੀ ਦੇ ਅੰਦਰ ਅਲੱਗ ਹੀ ਤਰ੍ਹਾਂ ਦੀ ਵਾਈਬ੍ਰੇਸ਼ਨਤ ਹੁੰਦੀਆਂ ਨੇ ਜਿਹਦੇ ਕਰਕੇ ਕੀ ਹੁੰਦਾ ਆ ਕਿ ਸਾਡੀ ਇਮਿਊਨਿਟੀ ਵੀ ਸਟਰੋਂਗ ਰਹਿੰਦੀ ਆ ਸਾਡੀ ਮੈਂਟਲ ਹੈਲਥ ਵੀ ਸਟਰੋਂਗ ਰਹਿੰਦੀ ਆ ਤੇ ਜਿੰਨੀ ਸਾਡੀ ਇਮਿਊਨਿਟੀ ਵਧੀਆ ਹੋਊਗੀ ਉਨੇ ਹੀ ਜ਼ਿਆਦਾ ਅਸੀਂ ਪੇਨ ਘੱਟ ਫੀਲ ਕਰਾਂਗੇ ਸਾਨੂੰ ਗ੍ਰੈਟੀਟਿਊਡ ਦੇ ਫਾਇਦੇ ਤਾਂ ਪਤਾ ਲੱਗੇ ਆ ਪਰ ਹੁਣ ਚਲੋ ਇਹ ਦੇਖਦੇ ਆ ਕਿ ਅਸੀਂ ਗ੍ਰੈਟੀਟਿਊਡ ਕਿੱਦਾਂ ਕਰਨਾ ਆ ਤੇ ਅਸੀਂ ਗ੍ਰੈਟੀਟਿਊਡ ਤਿੰਨ ਤਰੀਕਿਆਂ ਨਾਲ ਕਰ ਸਕਦੇ ਆ ਸਾਰੇ ਨਾਲੋਂ ਪਹਿਲਾ ਤਰੀਕਾ ਹੈਗਾ ਮਾਰਨਿੰਗ ਰਿਚੂਅਲ ਅਸੀਂ ਜਿੱਦਾਂ ਹੀ ਬੈੱਡ ਤੋਂ ਉੱਠਦੇ ਆ ਨਾ ਜਿਆਦਾ ਨਹੀਂ ਪਰ 1 ਮਿੰਟ ਲਈ ਸਿਰਫ ਆਪਣੀਆਂ ਅੱਖਾਂ ਬੰਦ ਕਰਨੀਆਂ ਨੇ ਤੇ ਅਸੀਂ ਜਿਹੜੀ ਵੀ ਚੀਜ਼ਾਂ ਦੇ ਲਈ ਸ਼ੁਕਰੀਆ ਫੀਲ ਕਰਦੇ ਆ ਨਾ ਉਹਨਾਂ ਦਾ ਥੈਂਕ ਯੂ ਕਰਨਾ ਆ ਤੁਹਾਡੀ ਰਿਲੇਸ਼ਨ ਤੁਹਾਡੀ ਹੈਲਥ ਤੁਸੀਂ ਨਵਾਂ ਦਿਨ ਦੇਖਿਆ ਆ ਤੁਹਾਡੀਆਂ ਅੱਖਾਂ ਖੁੱਲੀਆਂ ਆ ਸਾਰਿਆਂ ਨਾਲ ਵੱਡਾ ਸ਼ੁਕਰੀਆ ਅਸੀਂ ਇਹਦੇ ਲਈ ਕਰ ਸਕਦੇ ਆ ਤੇ ਇਦਾਂ ਹੀ ਜਦੋਂ ਅਸੀਂ ਆਪਣੇ ਜ਼ਿੰਦਗੀ ਦੇ ਪਹਿਲੇ ਦਿਨ ਦੀ ਸ਼ੁਰੂਆਤ ਖੁਸ਼ੀ ਦੇ ਨਾਲ ਕਰਾਂਗੇ ਤਾਂ ਤੁਸੀਂ ਆਪ ਦੇਖੋ ਅਸੀਂ ਪਹਿਲਾ ਥਾਟ ਹੀ ਹੈਪੀਨੈਸ ਦਾ ਕ੍ਰੀਏਟ ਕੀਤਾ ਸਾਡਾ ਸਾਰਾ ਦਿਨ ਹੀ ਹੈਪੀਨੈਸ ਵਾਲਾ ਜਾਊਗਾ ਦੂਸਰਾ ਜਦੋਂ ਅਸੀਂ ਰਾਤ ਨੂੰ ਸੌਣ ਲੱਗਦੇ ਆ ਅਸੀਂ ਸਿਰਫ 1 ਜਾਂ 2 ਮਿੰਟ ਦੇ ਲਈ ਜਦੋਂ ਸੌਣਾ ਹੈ ਨਾ ਉਦੋਂ ਸਿਰਫ ਰਿਫਲੈਕਟ ਕਰਨਾ ਹੈ ਕਿ ਅੱਜ ਪੂਰੇ ਦਿਨ ਦੇ ਵਿੱਚ ਮੇਰੇ ਨਾਲ ਕਿਹੜੀ ਚੀਜ਼ ਵਧੀਆ ਹੋਈ ਜਾਂ ਤੇ ਉਹਨੂੰ ਯਾਦ ਕਰਨਾ ਹੈ ਚਾਹੇ ਕੋਈ ਚੀਜ਼ ਮਾੜੀ ਵੀ ਹੋਈ ਹੋਵੇ ਨਾ ਉਹਦੇ ਵਿੱਚ ਵੀ ਪੋਜ਼ਿਟਿਵਿਟੀ ਲੱਭੋ ਉਹਦੇ ਵਿੱਚ ਵੀ ਲੱਭੋ ਕਿ ਮੈਂ ਉਸ ਇਨਸਾਨ ਦਾ ਜਾਂ ਉਸ ਸਿਚੁਏਸ਼ਨ ਦਾ ਕਿਦਾਂ ਥੈਂਕ ਯੂ ਕਰ ਸਕਦਾ ਹਾਂ ਇਹਦੇ ਨਾਲ ਕੀ ਹੋਊਗਾ ਅਸੀਂ ਵਧੀਆ ਤਰੀਕੇ ਨਾਲ ਸੌਵਾਂਗੇ ਵਧੀਆ ਨੀਂਦ ਆਊਗੀ ਤੇ ਅਗਲੇ ਦਿਨ ਵਧੀਆ ਤਰੀਕੇ ਨਾਲ ਐਨਰਜੈਟਿਕਲੀ ਉੱਠਾਂਗੇ ਤੇ ਤੀਸਰਾ ਤਰੀਕਾ ਹੈਗਾ ਆ ਸਟਾਪ ਲੁੱਕ ਗੋ ਜਦੋਂ ਅਸੀਂ ਰੋਡ ਕ੍ਰੋਸ ਕਰਦੇ ਆ ਅਸੀਂ ਜਿੱਦਾਂ ਦੇਖਦੇ ਆ ਆਲੇ-ਦੁਆਲੇ ਫੇਰ ਜਾਂਦੇ ਆ ਨਾ ਇਦਾਂ ਹੀ ਆਪਣੀ ਲਾਈਫ ਦੇ ਵਿੱਚ ਤੁਸੀਂ ਕਿਸੇ ਵੀ ਟਾਈਮ ਗ੍ਰੈਟੀਟਿਊਡ ਪੇਸ਼ ਕਰ ਸਕਦੇ ਆ ਸਿਰਫ ਥੋੜੀ देर ਲਈ ਰੁਕੋ ਦੇਖੋ ਤੇ ਫੀਲ ਕਰੋ ਮੇਰੇ ਆਲੇ-ਦੁਆਲੇ ਇਦਾਂ ਦੀਆਂ ਕਿਹੜੀ ਚੀਜ਼ ਆ ਜਿਹਦੇ ਲਈ ਮੈਂ ਥੈਂਕ ਯੂ ਫੀਲ ਕਰ ਸਕਦੀ ਆ ਮੈਂ ਇਸ ਡਸਟਰ ਦਾ ਥੈਂਕ ਯੂ ਫੀਲ ਕਰਦਾ ਆ ਕਿ ਇਹਨੇ ਮੇਰੀ ਹੈਲਪ ਕੀਤੀ ਇਸ ਬੋਰਡ ਨੂੰ ਇਰੇਜ਼ ਕਰਨ ਦੇ ਵਿੱਚ ਤੇ ਨਵੀਂ ਚੀਜ਼ ਲਿਖਣ ਦੇ ਵਿੱਚ ਅਸ ਪੈਂ ਦਾ ਥੈਂਕ ਯੂ ਇਸ ਸ਼ਰਟ ਦਾ ਥੈਂਕ ਯੂ ਮੇਰੇ ਸਰੀਰ ਨੂੰ ਟੱਕਣ ਦੇ ਲਈ ਅਸੀਂ ਕਿਸੇ ਵੀ ਚੀਜ਼ ਨੂੰ ਦੇਖ ਕੇ ਉਹਦਾ ਥੈਂਕ ਯੂ ਫੀਲ ਕਰ ਸਕਦੇ ਹਾਂ ਇਹਦੇ ਨਾਲ ਨਾਲ ਅਸੀਂ ਹੋਰ ਪੋਜ਼ਿਟਿਵ ਬਣਾਂਗੇ ਸਾਡੇ ਅੰਦਰ ਹੋਰ ਵਧੀਆ ਇਮੋਸ਼ਨਸ ਆਉਗੇ ਆਈ ਹੋਪ ਤੁਹਾਨੂੰ ਇਸ ਗ੍ਰੈਟੀਟਿਊਡ ਦੀ ਵੀਡੀਓ ਨੇ ਕੁਝ ਹੈਲਪ ਕੀਤੀ ਹੋਊਗੀ ਤੇ ਦੋਸਤੋ ਸਿਰਫ 30 ਦਿਨਾਂ ਲਈ ਜਾਂ 30 ਨਹੀਂ 15 ਦਿਨਾਂ ਲਈ ਹੀ ਗ੍ਰੈਟੀਟਿਊਡ ਨੂੰ ਅਪਣਾ ਕੇ ਦੇਖਿਓ ਆਪਣੀ ਲਾਈਫ ਦੇ ਵਿੱਚ ਸਿਰਫ 5 ਮਿੰਟ ਲੱਗੂਗੇ 24 ਘੰਟਿਆਂ 'ਚੋਂ ਪਰ ਉਸ 5 ਮਿੰਟ ਨੇ ਤੁਹਾਡੀ ਉਸ 24 ਘੰਟੇ ਨੂੰ ਚੇਂਜ ਕਰ ਦੇਣਾ ਹੈ ਤੇ ਉਸ 24 ਘੰਟਿਆਂ ਨੇ ਤੁਹਾਡੀ ਪੂਰੀ ਲਾਈਫ ਨੂੰ ਚੇਂਜ ਕਰ ਦੇਣਾ ਹੈ। ਥੈਂਕ ਯੂ ਆਲ।